ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰੇ ਲਾਈਵ ਹੋਣ ਦਾ ਮੁੱਦਾ ਵੀ ਜੋ ਭਿਆਨਕ ਬਿਮਾਰੀ ਮਨੁੱਖਤਾ ਦੀ ਹੋਂਦ ਨੂੰ ਖਾਣ ਜਾ ਰਹੀ ਹੈ, ਇਸ ਦਾ ਅਜੇ ਕੋਈ ਭਵਿੱਖ ਨਹੀਂ ਸਮਝ ਆ ਰਿਹਾ ਕਦੋਂ ਤੱਕ ਇਹ ਖਤਮ ਹੋਏਗੀ, ਪਰ ਹੁਣ ਇਹ ਲੋਕਾਂ ਨੂੰ ਵੱਡੀ ਤਾਦਾਦ ਦੇ ਵਿੱਚ ਆਪਣੀ ਗ੍ਰਿਫਤ ਦੇ ਵਿੱਚ ਲੈ ਰਹੀ ਹੈ। ਪਰ ਉਸ ਤੋਂ ਮਾੜੀ ਗੱਲ ਇਹ ਹੈ ਕਿ ਜਿਹੜੇ ਵੀ ਸਾਡੇ ਕਰੋਨਾ ਪੋਜ਼ਿਟਿਵ ਆ ਰਹੇ ਆ ਅਤੇ ਨਾਲ ਉਹਨਾਂ ਦੇ ਜੱਥੇ ਵਾਲੇ ਲੋਕਾਂ ਦੇ ਨਾਲ ਨੈਗੇਟਿਵ ਵੀ ਆ, ਪਰ ਸਰਕਾਰ ਉਹਨਾਂ ਦੋਨਾਂ ਨੂੰ ਇਕੱਠੇ ਹੀ ਰੱਖ ਰਹੀ ਹੈ ਅਤੇ ਉਹਨਾਂ ਦੇ ਪ੍ਰਬੰਧਾਂ ਦੀ ਵੀ ਪ੍ਰੋਬਲਮ ਆ ਰਹੀ ਹੈ। ਇਸ ਸਮੇਂ ਦੇ ਵਿੱਚ ਸਰਕਾਰ ਨੂੰ WHO ਵੀ ਕਹਿ ਚੁੱਕੀ ਹੈ ਵੀ ਸਰਕਾਰ ਨੂੰ ਹਰ ਉਸ ਬੰਦੇ ਦਾ ਸਾਥ ਲੈਣਾ ਚਾਹੀਦਾ ਜਿਹੜਾ ਬੰਦਾ ਮੈਡੀਕਲੀ ਜਾਣਦਾ, ਬੇਸ਼ੱਕ ਉਹ ਛੋਟੀ ਬਿਮਾਰੀ ਦਾ ਇਲਾਜ ਕਰ ਸਕਦਾ ਜਾਂ ਵੱਡੀ ਬਿਮਾਰੀ ਦਾ ਇਲਾਜ ਕਰ ਸਕਦਾ। RMP ਡਾਕਟਰਸ ਪੇਂਡੂ ਖੇਤਰ ਦੇ ਵਿੱਚ ਪਿਛਲੇ 40 ਸਾਲਾਂ ਤੋਂ ਕਈ ਕਈ ਲੋਕ ਸੇਵਾਵਾਂ ਨਿਭਾ ਰਹੇ ਆ। ਪਿੰਡਾਂ ਦੇ ਲੋਕ ਜੇ ਸ਼ਹਿਰ ਦੇ ਵੱਡੇ ਹਸਪਤਾਲਾਂ ਦੇ ਵਿੱਚ ਆਉਂਦੇ ਆ, ਬੇਸ਼ੱਕ ਸਰਕਾਰ ਦੇ ਕਹਿਣ 'ਤੇ ਪ੍ਰਾਈਵੇਟ ਖੇਤਰਾਂ ਦੇ ਵਿੱਚ ਅਕਸਰ ਲੋਕਾਂ ਨੇ ਕੀ ਕੀਤਾ ਵੀ ਪ੍ਰਾਈਵੇਟ ਹਸਪਤਾਲ ਤਾਂ ਖੋਲ੍ਹ ਲਏ ਪਰ ਨਾਲ ਪ੍ਰਾਈਵੇਟ ਫੀਸਾਂ ਵੀ ਵੱਡੀਆਂ ਵੱਡੀਆਂ ਕਰ ਲਈਆਂ, ਜਿਸ 'ਤੇ ਸਰਕਾਰ ਦਾ ਆਪਣੇ ਕੋਈ ਪ੍ਰਬੰਧ ਨਹੀਂ, ਕੋਈ ਰੋਕ ਨਹੀਂ। ਹੁਣ RMP ਡਾਕਟਰਸ ਜਿਹੜੇ ਪ੍ਰੈਕਟਿਸ ਕਰ ਰਹੇ ਆ, ਜਿਹੜੇ ਲਗਾਤਾਰ 40 ਸਾਲ ਤੋਂ ਇਸ ਵਿੱਚ ਹੈ, ਫੀਲਡ ਦੇ ਵਿੱਚ ਆ, ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਆਪਾਂ ਦੂਸਰਿਆਂ ਤੋਂ ਮੰਗ ਰਹੇ ਹਾਂ ਵੀ ਨਵੇਂ ਵਲੰਟੀਅਰ ਆ ਕੇ ਕੰਮ ਕਰਨ, ਕਿਉਂ ਨਾ ਇਹਨਾਂ ਨੂੰ ਮਾਨਤਾ ਪ੍ਰਾਪਤ ਕਰਕੇ ਆਪਾਂ ਪਿੰਡਾਂ ਦੇ ਵਿੱਚ ਕੰਮ ਕਰਨ ਤੋਰਿਆ ਜਾਵੇ ਤਾਂ ਇਹਨਾਂ ਨੂੰ ਪੇਂਡੂ ਖੇਤਰ ਦੇ ਹਰ ਬੰਦੇ ਦਾ, ਹਰ ਘਰ ਦਾ ਪਤਾ, ਇੱਕ ਇੱਕ ਪਿੰਡ ਦੇ ਵਿੱਚ ਇੱਕ ਜਾਂ 2 RMP ਡਾਕਟਰ ਹੁੰਦੇ ਆ, ਉਸ 2 RMP ਡਾਕਟਰ ਦੀ ਡਿਊਟੀ ਲਾਈ ਜਾਵੇ ਵੀ ਤੁਸੀਂ ਤਕਰੀਬਨ ਹਰ ਘਰ ਦੇ ਨਾਲ ਉੱਥੇ ਉੱਥੇ ਰਹਿ ਕੇ ਪਰਸਨਲ ਖੰਘ ਜ਼ੁਕਾਮ ਬੁਖਾਰ ਜੇ ਪਹਿਲੀ ਸਟੇਜ 'ਤੇ ਆ ਉਹਨੂੰ ਦਵਾਈ ਦਿੱਤੀ ਜਾ ਸਕਦੀ ਹੈ, ਲੋਕਾਂ ਨੂੰ ਗਾਈਡ ਕੀਤਾ ਜਾ ਸਕਦਾ ਵੀ ਕਿਸ ਤਰ੍ਹਾਂ ਆਈਸੋਲੇਟ ਕੀਤਾ ਜਾ ਸਕਦਾ। ਪਰ ਇਹ ਤਾਂ ਹੀ ਹੋਏਗਾ ਜੇ ਸਰਕਾਰ ਉਹਨਾਂ ਨੂੰ ਮਾਨਤਾ ਪ੍ਰਾਪਤ ਕਰੇ। ਸਰਕਾਰ ਨੂੰ ਬੜੀ ਵਾਰੀ ਆਪਣੀ ਮੰਗ ਰੱਖ ਚੁੱਕੇ ਆ ਵੀ ਅਸੀਂ ਜਦੋਂ ਮੈਡੀਕਲ ਪ੍ਰੈਕਟਿਸ ਦੇ ਵਿੱਚ ਹਾਂ, ਮੈਡੀਕਲ ਪ੍ਰੈਕਟਿਸ ਕਰ ਰਹੇ ਹਾਂ, ਸਾਨੂੰ ਐਕਸਪੀਰੀਅੰਸ ਵੀ ਹੋ ਚੁੱਕਿਆ ਇੰਨੇ ਇੰਨੇ ਸਾਲਾਂ ਦਾ, ਕਿਉਂ ਨਾ ਸਰਕਾਰ ਸਾਨੂੰ ਇੱਕ ਮਾਨਤਾ ਪ੍ਰਾਪਤ ਡਿਗਰੀ ਦੇ ਕੇ ਸਾਨੂੰ ਆਪਣੇ ਮੈਡੀਕਲ ਖੇਤਰ ਦੇ ਵਿੱਚ ਇੱਕ ਪਾਰਟ ਸਮਝੇ। ਅੱਜ ਕਰੋਨਾ ਦੇ ਵਿੱਚ ਵੱਧ ਤੋਂ ਵੱਧ ਡਾਕਟਰਸ ਨਰਸਿਸ ਦੀ ਘਾਟ ਹੋਣ ਕਰਕੇ ਅਸੀਂ ਦੂਸਰਿਆਂ ਤੋਂ ਮੌਕਾ ਮੰਗ ਰਹੇ, ਦੂਸਰਿਆਂ ਤੋਂ ਮੰਗ ਰਹੇ ਹਾਂ ਵੀ ਸਾਨੂੰ ਕੁਛ ਨਾ ਕੁਛ ਦੂਜੇ ਹੈਲਪ ਕਰਨ, ਪਰ ਅਸੀਂ ਜਦੋਂ ਸਾਡੇ ਕੋਲ RMP ਡਾਕਟਰਸ ਬੈਠੇ ਆ ਪਿੰਡਾਂ ਦੇ ਵਿੱਚ, ਕਿਉਂ ਨਹੀਂ ਇੱਕ ਵਾਰੀ ਸਿਹਤ ਮੰਤਰੀ ਸਾਹਿਬ ਅਤੇ ਸੈਕਟਰੀ ਹੈਲਥ ਉਹਨਾਂ ਸਾਰਿਆਂ ਦੀ ਲਿਸਟ ਬਣਾ ਕੇ ਉਹਨਾਂ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੰਦੇ ਕਿ ਸਾਰੇ ਦੇ ਸਾਰੇ ਤੁਸੀਂ ਅੱਜ ਤੋਂ ਰਜਿਸਟਰ, ਇਸ ਤੋਂ ਬਾਅਦ ਜਿੰਨੇ ਆਉਣਗੇ ਉਹਨਾਂ ਨੂੰ ਦੇਖਿਆ ਜਾਏਗਾ, ਪਰ ਨਾਲ ਦੀ ਨਾਲ ਸਾਰਿਆਂ ਨੂੰ ਡਿਊਟੀਜ਼ ਦਿੱਤੀਆਂ ਜਾਣ ਤਾਂ ਕਿ ਉਹਨਾਂ ਨੂੰ ਵੀ ਕੋਈ ਸਹੂਲਤਾਂ ਮਿਲਣ। ਹੁਣ ਵੀ ਉਹ ਇਲਾਜ ਤਾਂ ਕਰ ਰਹੇ ਆ ਲੋਕਾਂ ਨਾਲ, ਤਨਦੇਹੀ ਦੇ ਨਾਲ ਕਰ ਰਹੇ ਆ, ਇਹਨਾਂ ਦੀ ਨਿਗੂਣੀ ਜਿਹੀ ਫੀਸ ਹੁੰਦੀ ਹੈ ਜਿਹੜੀ ਹਰ ਗਰੀਬ ਵਰਗ ਦੇ ਖੇਤਰ ਦੇ ਵਿੱਚ ਆਉਂਦੀ ਹੈ, ਪਰ ਹੁਣ ਉਹਨਾਂ ਨੂੰ ਅਕਸਰ ਡਰ ਇੱਕ ਸਰਕਾਰ ਦਾ ਲੱਗਿਆ ਰਹਿੰਦਾ, ਦੂਸਰਾ ਉਹਨਾਂ ਨੂੰ ਲੋਕਾਂ ਦੀ ਸੇਵਾ ਕਰਨ 'ਚ ਕੋਈ ਹਰਜ ਨਹੀਂ। ਮੇਰੀ ਸਰਕਾਰ ਅੱਗੇ ਇੱਕੋ ਹੀ ਬੇਨਤੀ ਹੈ ਕਿ ਜਿਹੜੇ RMP ਡਾਕਟਰਸ ਆ ਇਹਨਾਂ ਨੂੰ ਮਾਨਤਾ ਪ੍ਰਾਪਤ ਕੀਤਾ ਜਾਵੇ, ਇਹਨਾਂ ਨੂੰ ਕਰਫਿਊ ਦੌਰਾਨ ਪਿੰਡਾਂ ਦਾ ਦਾਇਰਾ ਸੀਮਿਤ ਕਰਕੇ ਉੱਥੇ ਉੱਥੇ ਰੱਖਿਆ ਜਾਵੇ ਅਤੇ ਨਾਲ ਨਾਲ ਕਿਹਾ ਜਾਵੇ ਕੋਈ ਛੋਟੀ ਮੋਟੀ ਬਿਮਾਰੀ ਦੇ ਲਈ ਘਰ ਤੋਂ ਬਾਹਰ ਨਾਲ ਇਹ ਉੱਥੇ ਪਹੁੰਚਣ, ਨਾਲ ਦੀ ਨਾਲ ਜਿਹੜਾ ਉੱਥੋਂ ਦਾ ਸਿਵਲ ਹੋਸਪਿਟਲ ਆ ਉਹਦੇ ਨਾਲ ਇਹਨਾਂ ਦਾ ਕੰਟੈਕਟ ਬਣਾਇਆ ਜਾਵੇ ਅਤੇ ਇਹਨਾਂ ਨੂੰ ਵੀ ਜਿਹੜੀਆਂ ਬਣਦੀਆਂ ਸਹੂਲਤਾਂ ਆਪਾਂ ਦੂਜਿਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਨੂੰ ਵੀ ਕਿਸੇ ਦਾਇਰੇ ਦੇ ਵਿੱਚ ਲਿਆਂਦਾ ਜਾਵੇ। ਇਹ ਪੈਸੇ ਨਹੀਂ ਮੰਗਦੇ, ਇਹ ਕੁਛ ਹੋਰ ਨਹੀਂ ਮੰਗਦੇ, ਇਹ ਸਿਰਫ ਆਪਣੀ ਰਿਸਪੈਕਟ ਮੰਗਦੇ ਆ ਵੀ ਸਾਨੂੰ ਮਾਨਤਾ ਪ੍ਰਾਪਤ ਕਰੋ ਤਾਂ ਕਿ ਸਾਡੇ ਹੱਕ ਸੱਚ ਦੀ ਆਵਾਜ਼ ਚੱਕੀ ਜਾ ਸਕੇ। ਆਮ ਆਦਮੀ ਪਾਰਟੀ ਇਸ ਗੱਲ ਦੀ ਪੁਰਜ਼ੋਰ ਸਿਫਾਰਿਸ਼ ਕਰਦੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਕਿ ਤੁਸੀਂ RMP ਡਾਕਟਰਸ ਨੂੰ ਦਾਇਰੇ 'ਚ ਲਿਆਓ, ਮਾਨਤਾ ਪ੍ਰਾਪਤ ਕਰੋ, ਵਾਰ ਵਾਰ ਮੰਗ ਪੱਤਰ ਦੇਣ 'ਤੇ ਇਹਨਾਂ ਨੇ ਜੋ ਵਾਰ ਵਾਰ ਮੰਗ ਪੱਤਰ ਦਿੱਤੇ ਆ ਉਹਨਾਂ ਨੂੰ ਮੰਗੋ ਤਾਂ ਕਿ ਸਾਡੇ ਪਿੰਡਾਂ ਦੇ ਵਿੱਚ ਡਾਕਟਰਸ ਦੀ ਘਾਟ ਨਾਲ ਜਿਹੜੀ ਮੈਡੀਕਲ ਸਹੂਲਤਾਂ ਹੋਈਆਂ ਉਹ ਨਾ ਘਟ ਸਹੂਲਤਾਂ ਦੀ ਘਾਟ ਹੋ ਰਹੀ ਹੈ ਉਹ ਨਾ ਹੋਵੇ। ਮੇਰੀ ਇੱਕੋ ਇੱਕ ਬੇਨਤੀ ਹੈ ਕਿ ਇਹਨਾਂ ਦੀਆਂ ਮੰਗਾਂ ਨੂੰ ਧਿਆਨ ਰੱਖ ਕੇ ਇਹਨਾਂ ਨੂੰ ਜਲਦੀ ਤੋਂ ਜਲਦੀ ਮਾਨਤਾ ਪ੍ਰਾਪਤ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।